ਐਤਵਾਰ ਦਾ ਦਿਨ ਇਟਲੀ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਉਦੋਂ ਦੁਖਦਾਇਕ ਹੋ ਨਿਬੜਿਆ ਜਦੋਂ ਅਣਹੋਣੀ ਅੱਗੇ ਇੱਕ 25 ਸਾਲਾ ਨੌਜਵਾਨ ਚੜ੍ਹਦੀ ਉਮਰੇ ਮੌਤ ਨੂੰ ਆਪਣੀ ਜ਼ਿੰਦਗੀ ਹਾਰ ਗਿਆ। ਪੌਰ ਦੀ ਨੋਨੇ ਦਾ ਰੈਜੀਡੈਂਸ ਪ੍ਰਗਟਜੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਰੋਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਪੈਂਦੇ ਪਿੰਡ ਮਾਕਾ ਰੇਸੇ ਵਿੱਚ ਰਹਿੰਦਾ ਸੀ ਅਤੇ ਐਤਵਾਰ ਦੇ ਦਿਨ ਆਪਣੇ ਸਾਥੀਆਂ ਦੇ ਨਾਲ ਨਾਲ ਨੇੜਲੇ ਸ਼ਹਿਰ ਲਾਦੀਸ ਪੌਲੀ ਜਾਣ ਲਈ ਘਰੋਂ ਤਾਂ ਨਿਕਲਿਆ ਪਰ ਮੁੜ ਘਰ ਦਾਖਲ ਹੋਣਾ ਉਸ ਨੂੰ ਨਸੀਬ ਨਾ ਹੋਇਆ। ਮ੍ਰਿਤਕ ਨੌਜਵਾਨ ਟਿਕਟ ਖਰੀਦਣ ਤੋਂ ਬਾਅਦ ਗਲਤ ਤਰੀਕੇ ਪਰੜੀ ਪਾਰ ਕਰਦੇ ਸਮੇਂ ਦੂਜੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਟ੍ਰੇਨ ਦੀ ਲਪੇਟ ਵਿੱਚ ਆ ਗਿਆ। ਇਸ ਦੇ ਫਲਸਰੂਪ ਉਸ ਦੇ ਸਰੀਰ ਦੇ ਕਈ ਟੁਕੜੇ ਹੋ ਗਏ। ਇਕੱਤਰ ਜਾਣਕਾਰੀ ਦੇ ਮੁਤਾਬਕ ਪਟੜੀ ਦੇ ਦੂਜੇ ਪਾਸੇ ਖੜ੍ਹੇ ਕੁਝ ਨੌਜਵਾਨ ਉਸ ਨੂੰ ਆਖ ਰਹੇ ਸਨ ਕਿ ਟ੍ਰੇਨ ਆ ਰਹੀ ਹੈ, ਆਪਣਾ ਬਚਾਅ ਕਰ, ਪਰ ਉਹ ਆਪਣੀ ਟ੍ਰੇਨ ਦੇ ਲੰਘ ਜਾਂਦੇ ਡਰੋਂ ਤੇਜ਼ੀ ਦੇ ਨਾਲ ਦੂਸਰੇ ਪਾਸੇ ਵੱਲ ਨੂੰ ਵਧਿਆ ਤਾਂ ਇਸ ਦਰਦਨਾਕ ਹਾਦਸੇ ਵਿੱਚ ਜਾਨ ਗਵਾ ਬੈਠਾ। ਜੇ ਵਿੱਚੋਂ ਮਿਲੇ ਭਾਰਤੀ ਡਰਾਈਵਿੰਗ ਲਾਇਸੈਂਸ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਤਰਨ ਤਾਰਨ ਦੇ ਕਸਬਾ ਝਬਾਲ ਦਾ ਵਸਨੀਕ ਹੈ ਅਤੇ ਥੋੜ੍ਹੇ ਸਾਲ ਪਹਿਲਾਂ ਆਪਣੇ ਭਵਿੱਖ ਨੂੰ ਸੰਵਾਰਨ ਖਾਤਰ ਇਟਲੀ ਵਿੱਚ ਆਇਆ ਸੀ। ਕੋਈ 2 ਘੰਟੇ ਬਾਅਦ ਸਾਰੀ ਲੋੜੀਂਦੀ ਕਾਰਵਾਈ ਉਪਰੰਤ ਆਵਾਜਾਈ ਨੂੰ ਬਹਾਲ ਕੀਤਾ ਗਿਆ। ਇਸ ਅਣਹੋਣੀ ਮੌਤ ਦੇ ਕਾਰਨ ਇਲਾਕੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ। ਬਿਊਰੋ ਰਿਪੋਰਟ, ਆਵਾਜ਼ ਏਕਮ ਟੀਵੀ। ਐਤਵਾਰ ਦਾ ਦਿਨ ਇਟਲੀ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਉਦੋਂ ਦੁਖਦਾਇਕ ਹੋ ਨਿਬੜਿਆ ਜਦੋਂ ਅਣਹੋਣੀ ਅੱਗੇ ਇੱਕ 25 ਸਾਲਾ ਨੌਜਵਾਨ ਚੜ੍ਹਦੀ ਉਮਰੇ ਮੌਤ ਨੂੰ ਆਪਣੀ ਜ਼ਿੰਦਗੀ ਹਾਰ ਗਿਆ। ਪੌਰ ਦੀ ਨੋਨੇ ਦਾ ਰੈਜੀਡੈਂਸ ਪ੍ਰਗਟਜੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਰੋਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਪੈਂਦੇ ਪਿੰਡ ਮਾਕਾ ਰੇਸੇ ਵਿੱਚ ਰਹਿੰਦਾ ਸੀ ਅਤੇ ਐਤਵਾਰ ਦੇ ਦਿਨ ਆਪਣੇ ਸਾਥੀਆਂ ਦੇ ਨਾਲ ਨਾਲ ਨੇੜਲੇ ਸ਼ਹਿਰ ਲਾਦੀਸ ਪੌਲੀ ਜਾਣ ਲਈ ਘਰੋਂ ਤਾਂ ਨਿਕਲਿਆ ਪਰ ਮੁੜ ਘਰ ਦਾਖਲ ਹੋਣਾ ਉਸ ਨੂੰ ਨਸੀਬ ਨਾ ਹੋਇਆ। ਮ੍ਰਿਤਕ ਨੌਜਵਾਨ ਟਿਕਟ ਖਰੀਦਣ ਤੋਂ ਬਾਅਦ ਗਲਤ ਤਰੀਕੇ ਪਰੜੀ ਪਾਰ ਕਰਦੇ ਸਮੇਂ ਦੂਜੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਟ੍ਰੇਨ ਦੀ ਲਪੇਟ ਵਿੱਚ ਆ ਗਿਆ। ਇਸ ਦੇ ਫਲਸਰੂਪ ਉਸ ਦੇ ਸਰੀਰ ਦੇ ਕਈ ਟੁਕੜੇ ਹੋ ਗਏ। ਇਕੱਤਰ ਜਾਣਕਾਰੀ ਦੇ ਮੁਤਾਬਕ ਪਟੜੀ ਦੇ ਦੂਜੇ ਪਾਸੇ ਖੜ੍ਹੇ ਕੁਝ ਨੌਜਵਾਨ ਉਸ ਨੂੰ ਆਖ ਰਹੇ ਸਨ ਕਿ ਟ੍ਰੇਨ ਆ ਰਹੀ ਹੈ, ਆਪਣਾ ਬਚਾਅ ਕਰ, ਪਰ ਉਹ ਆਪਣੀ ਟ੍ਰੇਨ ਦੇ ਲੰਘ ਜਾਂਦੇ ਡਰੋਂ ਤੇਜ਼ੀ ਦੇ ਨਾਲ ਦੂਸਰੇ ਪਾਸੇ ਵੱਲ ਨੂੰ ਵਧਿਆ ਤਾਂ ਇਸ ਦਰਦਨਾਕ ਹਾਦਸੇ ਵਿੱਚ ਜਾਨ ਗਵਾ ਬੈਠਾ। ਜੇ ਵਿੱਚੋਂ ਮਿਲੇ ਭਾਰਤੀ ਡਰਾਈਵਿੰਗ ਲਾਇਸੈਂਸ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਤਰਨ ਤਾਰਨ ਦੇ ਕਸਬਾ ਝਬਾਲ ਦਾ ਵਸਨੀਕ ਹੈ ਅਤੇ ਥੋੜ੍ਹੇ ਸਾਲ ਪਹਿਲਾਂ ਆਪਣੇ ਭਵਿੱਖ ਨੂੰ ਸੰਵਾਰਨ ਖਾਤਰ ਇਟਲੀ ਵਿੱਚ ਆਇਆ ਸੀ। ਕੋਈ 2 ਘੰਟੇ ਬਾਅਦ ਸਾਰੀ ਲੋੜੀਂਦੀ ਕਾਰਵਾਈ ਉਪਰੰਤ ਆਵਾਜਾਈ ਨੂੰ ਬਹਾਲ ਕੀਤਾ ਗਿਆ। ਇਸ ਅਣਹੋਣੀ ਮੌਤ ਦੇ ਕਾਰਨ ਇਲਾਕੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ। ਬਿਊਰੋ ਰਿਪੋਰਟ, ਆਵਾਜ਼ ਏਕਮ ਟੀਵੀ।